ਲੋਕਾਂ ਨੇ ਵੇਖਿਆ ਅੱਜ ਪਿਆਰ ਸੱਚਾ ਲੋਕ ਇੰਨਾ ਪਿਆਰ ਦੇ ਰਹੇ ਨੇ, ਇੰਨਾ ਕੋਈ ਚੰਗਾ ਹੋਇਆ ਥੋੜਾ ਦਾ ਜਾਜ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੈਲੀ ਕਰਕੇ ਕੀ ਫੈਸਲਾ ਲਿਆ ਸੰਗਤਾਂ ਨੇ, ਤੁਹਾਡੇ ਕਿਹਦਾ ਸਹਿਯੋਗ ਦਿੱਤਾ? ਅੱਜ ਦੀ ਜਿਹੜੀ ਰੈਲੀ ਸੀਗੀ ਇਹ ਜ਼ਿਲ੍ਹੇ ਗੁਰਦਾਸਪੁਰ ਦੇ ਕਰੀਮ ਲੋਕਾਂ ਦੀ ਸੀਗੀ, ਨੁਮਾਇੰਦੇ ਸੱਦੇ ਸੀਗੇ। ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਕਿ ਕੋਈ ਆਮ ਪਬਲਿਕ ਨਹੀਂ ਆਈ, ਸਾਰੇ ਜ਼ਿਲ੍ਹੇ ਦੇ ਨੁਮਾਇੰਦੇ ਲੋਕ ਆਏ ਸੀ, ਜਿਨ੍ਹਾਂ ਦੇ ਮਗਰ 100-100, 200-200, 500-500 ਲੋਕ ਖੜ੍ਹੇ ਨੇ, ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਆਏ ਸੀ। ਅਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ, ਚੰਗਿਆਂ ਆਦਮੀਆਂ ਨੂੰ, ਧਰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਏ ਪੈਦਾ ਕੀਤੀ ਜਾਵੇ। ਲੋਕ ਰਾਏ ਜਿਹੜੀ ਹੁੰਦੀ ਹੈ ਇਹ ਲੋਕ ਸ਼ਕਤੀ, ਇਹ ਰੱਬ ਦੀ ਆਵਾਜ਼ ਬਣਦੀ ਹੈ, ਅਤੇ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਪੈਦਾ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀ ਦਿੱਤੀ ਜਾਵੇ ਮਾੜੇ ਸਮੇਂ 'ਚ, ਜਦ ਕਿ ਕੁਝ ਲੋਕ ਜਿਹੜੇ ਨੇ ਉਹ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰ ਕੇ ਨੱਠ ਗਏ ਨੇ। ਅਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਅਤੇ ਅਕਾਲੀ ਦਲ ਦੀ ਮਦਦ ਕਰਨ ਦਾ ਐਲਾਨ ਕੀਤਾ ਵਾ ਅੱਜ ਦੀ ਰੈਲੀ 'ਚ। ਮੈਂ ਅਕਾਲੀ ਦਲ ਵਿੱਚ ਸ਼ਾਮਿਲ ਹੋਵਾਂ ਚਾਹੇ ਨਾ ਹੋਵਾਂ, ਮੈਂ ਸਮੁੱਚੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ, ਸਮੁੱਚੀ ਜਨਤਾ ਨੂੰ ਅਪੀਲ ਕੀਤੀ ਹੈ ਗੁਰਦਾਸਪੁਰ ਵਾਲਿਆਂ ਨੂੰ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ, ਅਤੇ ਸਮੁੱਚੀ ਵੋਟ ਜਿਹੜੀ ਹੈ ਅਕਾਲੀ ਦਲ ਦੀ ਝੋਲੀ ਵਿੱਚ ਪਾਓ, ਅਕਾਲੀ ਦਲ ਦੇ ਕੈਂਡੀਡੇਟ ਨੂੰ ਜਿਤਾਓ। ਤੁਸੀਂ ਕਿਹਾ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚੱਲ ਗਏ ਉਸ ਤੋਂ ਬਾਅਦ ਵੀ ਫੈਸਲਾ ਲਿਆ ਹੈਗਾ, ਲੱਗਦਾ ਵੀ ਪਾਰਟੀ ਹਾਈ ਕਮਾਂਡ ਨੇ ਵਧੀਆ ਫੈਸਲਾ ਕੀਤਾ ਹੈਗਾ, ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ? ਦਰਅਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ 21 ਸੀਟਾਂ ਦੂਜੀਆਂ ਪਾਰਟੀਆਂ ਨਾਲ ਰਲੀ ਹੋਈ ਹੈ, ਅਤੇ ਉਹ ਅਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ, ਪ੍ਰਚਾਰ ਸ਼ੁਰੂ ਨਹੀਂ ਕੀਤਾ, ਅਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ਼ ਬੋਲਦੇ ਸੀਗੇ। ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲੋਂ ਕੰਮ ਲਏ ਹੋਣ, ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ, ਜਿਨ੍ਹਾਂ ਨਾਲ ਬਹਿ ਕੇ ਖਾਧਾ ਪੀਤਾ ਹੋਵੇ, ਉਹਨਾਂ ਦੇ ਖਿਲਾਫ਼ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ 'ਚ ਲੱਖ ਕਮਜ਼ੋਰੀਆਂ ਹੋਣ। ਇਸ ਕਰਕੇ ਉਹਨਾਂ ਦੀ ਜ਼ਬਾਨ 'ਚੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ, ਅਤੇ ਉਹ ਵਿਕਾਊ ਮਾਲ ਸੀ, ਉਹ ਚਲਾ ਗਿਆ। ਲੱਗਦਾ ਉਹ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਇਲੈਕਸ਼ਨ 'ਚ? ਕਿਸੇ ਬੰਦੇ ਦੇ ਜਾਨ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਭਾਵੇਂ ਬਹੁਤਾ ਨਹੀਂ ਤਾਂ ਥੋੜ੍ਹਾ ਹੋਵੇ, ਹਰ ਵਰਕਰ ਦੇ ਜਾਨ ਨਾਲ ਇੱਕ ਵਾਰੀ ਧੱਕਾ ਤਾਂ ਲੱਗਦਾ ਹੀ ਹੈ। ਵਿਰੋਧੀ ਨੂੰ ਕਿਵੇਂ ਜਿਹੜਾ ਸੁਰਿੰਦਰ ਭਾਈ ਤੁਸੀਂ ਉਹਦੇ ਖਿਲਾਫ਼ ਚੁਣਾਵ ਲੜਦੇ ਰਹੇ, ਅੱਜ ਲੋਕ ਸਭਾ ਚੋਣ ਲੜ ਰਹੇ ਆ, ਕਿੱਦਾਂ ਵੇਖਦੇ ਹੋ ਲੋਕਾਂ 'ਚ ਮੁਕਾਬਲਾ, ਕਿਹੜਾ ਗਿਣਦੇ ਤੁਸੀਂ ਸਾਰੀ ਪਾਰਟੀ ਨੂੰ? ਮੈਂ ਮੁਕਾਬਲਾ ਸਮਝਦਾ ਸਾਡੇ ਨਾਲ ਹੀ ਮੁਕਾਬਲਾ, ਉਹਦਾ ਮੁਕਾਬਲਾ ਉਹਦਾ ਕਿਸੇ ਨਾਲ ਕਹਦਾ ਵਾ? ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਹਾਂਗਾ ਅਸੀਂ ਕਮਜ਼ੋਰ ਹਾਂ? ਕਿਹੜੀ ਪਾਰਟੀ? ਅਸੀਂ ਉਹਨੂੰ ਢਾਵਾਂਗੇ ਉਹਨੂੰ। ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਹੈਗੀ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ, ਲੇਕਿਨ ਆਉਣ ਵਾਲੇ ਸਮੇਂ 'ਚ ਇਹ ਨਾ ਹੋਏ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਬਣਾ ਦਿੱਤਾ ਜਾਵੇ, ਵਰਕਰ ਨੂੰ ਯਾਦ ਰੱਖਿਆ ਜਾਵੇ ਜੀ? ਕਾਂਗਰਸੀ ਨੇ ਕੀ ਬਣਾਉਣਾ ਕੀ ਹੈ? ਇਹ ਤਾਂ
ਮਾੜੇ ਅਨਸਰ ਦੇ ਖਿਲਾਫ ਅਸੀਂ ਲੜਾਂਗੇ, ਅਸੀਂ ਕੋਈ ਕਮਜ਼ੋਰ ਬੰਦੇ ਥੋੜ੍ਹੇ ਹਾਂ। ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ, ਮੇਰੀ ਪਿੱਠ 'ਤੇ ਇਹਨਾਂ ਦਾ ਹੱਥ ਹੈ, ਅਤੇ ਇਹ ਕਮਜ਼ੋਰੀ ਨਾਲ ਥੋੜ੍ਹਾ ਮੈਂ ਲੜੂੰਗਾ। ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾੜੇ ਅਨਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾ ਲਾਉਂਦੇ ਨੇ। ਮੈਨੂੰ ਕੀ ਪਤਾ ਵਾ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨੁਮਾਇੰਦਗੀ ਦੇਣੀ ਹੈ, ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ। ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਡਾ ਦੇਣ, ਭਾਵੇਂ ਮੈਂ ਡੱਠਣ ਨੂੰ ਤਿਆਰ ਹਾਂ। ਡੇਰੇ ਤਾਂ ਧੋਣੇ ਦੀ ਭੰਨਣੀ ਭੰਨਣੀ ਆ। ਹਾਂ, ਹਲਕਾ ਇੰਚਾਰਜ ਤੌਰ 'ਤੇ ਵਿਚਰੋਗੇ ਤੁਸੀਂ ਸਰ? ਜੇ ਪਾਰਟੀ ਮੈਂ ਹਲਕਾ ਇੰਚਾਰਜਾਂ ਤੋਂ ਵੀ ਉੱਪਰ ਹਾਂ, ਮੈਂ ਕੋਰ ਕਮੇਟੀ 'ਚ ਮੈਂਬਰ ਰਿਹਾ ਵਾਂ। ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਅਕਾਲੀ ਦਲ ਦੇ, ਲੇਕਿਨ ਲੋਕਾਂ ਦਾ ਮੇਰੀ ਪਿੱਠ 'ਤੇ ਹੱਥ ਆ, ਮੈਂ ਇਹਨਾਂ ਨਾਲੋਂ ਵੈਸੇ ਹੀ ਹੈਵੀ ਹਾਂ। ਹਲਕਾ ਇੰਚਾਰਜ 'ਤੇ ਕੱਖ ਵੀ ਨਾ ਹੋਇਆ, ਹਲਕਾ ਇੰਚਾਰਜ 'ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤਾਂ ਉਹ ਲੀਡ ਕਰਦਾ ਵਾ, ਅਤੇ ਜੇ ਕੋਈ ਉਹੋ ਜਿਹਾ ਹੋਏ ਤਾਂ ਉਹ ਬੇੜਾ ਗਰਕ ਕਰ ਦਿੰਦਾ ਵਾ। ਲੱਗਦਾ ਕੋਈ ਹੈਗਾ ਵਾ ਇਸ ਬੰਦਾ ਹਲਕੇ ਜਿਹੜਾ ਜਿਹਨੂੰ ਨੁਮਾਇੰਦਗੀ ਦਿੱਤੀ ਜਾ ਸਕਦੀ ਹਲਕਾ ਇੰਚਾਰਜ ਦੀ, ਕੌਣ ਲੱਗਦਾ ਤੁਹਾਨੂੰ? ਮੈਂ ਤਾਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ, ਜਿਸ ਚੀਜ਼ ਬਾਰੇ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂਗਾ ਕਿਉਂ, ਵੀ ਕਿਹੜਾ ਲੱਗੇ ਜਿਹੜਾ ਮੇਰੇ ਵੱਲੋਂ ਮਰਜ਼ੀ ਲੱਗ ਜੇ। ਉਹਨਾਂ ਦੀ ਮਰਜ਼ੀ ਹੈ, ਜੇ ਕਰਨਗੇ ਤਾਂ ਵੀ ਠੀਕ ਆ, ਨਾ ਕਰਨਗੇ ਤਾਂ ਵੀ ਠੀਕ ਆ। ਕਰਨਗੇ ਤਾਂ ਵੀ ਧੰਨ ਭਾਗ, ਨਾ ਕਰਨਗੇ ਤਾਂ ਵੀ ਧੰਨ ਭਾਗ, ਕੋਈ ਗੱਲ ਨਹੀਂ ਗੀ। ਕੋਈ ਮੇਰੇ 'ਤੇ ਘਬਰਾਹਟ ਨਹੀਂ, ਕੋਈ ਮੇਰੇ ਮਨ 'ਤੇ ਅਸਰ ਨਹੀਂ, ਮੈਂ ਬਹੁਤ ਕੁਝ ਹੰਢਾ ਲਿਆ ਵਾ। ਰਵੀ ਗਰ ਨੇ ਕਿਹਾ ਸੀਗਾ ਕਿ ਮੈਨੂੰ ਸਟੇਜ ਸਾਂਝੀ ਕਰਨ ਵਾਸਤੇ ਕਿਹਾ ਗਿਆ, ਮੈਂ ਤਾਂ ਛੱਡੀ ਪਾਰਟੀ। ਕਾਹਦੀ ਸਟੇਜ ਸਾਂਝੀ ਕਰਨ? ਅੱਜ 22 ਤਰੀਕ ਰੈਲੀ ਗਈ ਸੀ। ਨਹੀਂ ਕਿਹਾ, ਦਿਮਾਗ ਖਰਾਬ ਆ ਮੇਰਾ, ਕਾਨੂੰਨ ਨਹੀਂ ਬੋਲਣ ਨਹੀਂ ਲੈਣਾ ਨਹੀਂ ਦੇਣਾ ਨਹੀਂਗਾ, ਅਤੇ ਉਹ ਹਾਈਕਮਾਂਡ ਹੀ ਨਹੀਂ ਆਈ ਅਤੇ ਉਹਨੂੰ ਇਹਨੂੰ ਇਕੱਲੇ ਨੂੰ ਕਹਿਣਾ ਸੁਣਾ ਦੇਣਾ ਸੀਗਾ। ਹਾਈਕਮਾਂਡ ਦਾ ਕੋਈ ਬੰਦਾ ਵੇਖਿਆ ਤੁਸੀਂ? ਇਹ ਕਿਹੜਾ ਵਾਇਸਰਾਇ ਸੀ ਵੀ ਇਹਨੂੰ ਆਖਿਆ ਵੀ ਤੂੰ ਸ਼ਾਮਲ ਹੋ ਜਾ ਕੇ? ਮੈਂ ਇੱਕੋ ਸ਼ੀਟ 'ਤੇ ਕੀਤਾ, ਉਹ ਵੀ ਮੈਂ ਘਰ ਬਹਿ ਕੇ ਦੱਬੀ ਜ਼ਬਾਨ ਨਾਲ। ਬੋਲੇ ਤਾਂ ਮੈਂ ਵੀ ਠੋਕਿਆ ਉਹਨੂੰ, ਜਵਾਬ ਦੇ ਹੁਣ, ਗਾਂ ਜਿਹੋ ਜਿਹਾ ਬੋਲੇਗਾ ਉਹੋ ਜਿਹਾ ਠੋਕਾਂਗਾ। ਮੇਰੀ ਕਿਹੜੀ ਜ਼ਬਾਨ ਨਹੀਂ ਕੰਮ ਕਰਦੀ, ਜਾਂ ਮੇਰੇ ਕੋਲ ਗਿਆਨ ਹੈ ਨੀਗਾ? ਮੈਨੂੰ ਉਹਦਾ ਮਾਸਾ ਮਾਸਾ ਜਿੰਨਾ ਗਿਆਨ ਹੈ ਵੀ ਉਹ ਕੀ ਕੀਤਾ ਅਤੇ ਕਿਹੜੇ ਮੋੜ ਤੋਂ ਕਿਹੜੀ ਠਿੱਬੀ ਲਾਉਣੀ ਹੈ। ਨਾ ਕਰਨ, ਮੈਂ ਆਪਣੀ ਸੋਚ ਨਾਲ ਦਿੱਤਾ ਵਾ, ਉਹਨੇ ਕਿਸੇ ਨੇ ਕਿਹਾ ਤਾਂ ਹੈ ਨੀ, ਤੂੰ ਯਾਰ ਕਹੀ ਜਾਂਦਾ ਵਾ। ਚੀਮਾ ਨੇ ਕੀ ਕਿਹਾ ਵਾ? ਇਹ ਗੱਲ ਤਾਂ ਕਦੇ ਕਹਿ ਨਹੀਂ ਸਕਦਾ, ਤੇ ਨਾ ਕਹੀ ਏ ਬਦੋ ਬਦੀ ਮੇਰੇ ਮੂੰਹ 'ਚ ਪਾਉਣ ਡਿਆ ਉਹਨਾਂ। ਤੂੰ ਕਦੇ ਕਦੇ ਕੋਈ ਬੰਦਾ ਲੜਨ ਵਾਲਾ ਇਹ ਕਹਿੰਦਾ ਤੂੰ ਮੇਰੇ ਵੱਲ ਨਾ ਆਈ, ਏਡਾ ਪਾਗਲ ਕਿਹੜਾ ਹੋ ਸਕਦਾ ਵਾ? ਨਹੀਂ 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 ਬਿਲਕੁਲ, ਆਹ ਦੂਜਿਆਂ ਨੂੰ ਪੁੱਛ ਲਾ ਕੇ ਜੇ ਕਿਹਾ ਤੇ ਕੋਈ ਮੈਨੂੰ ਮਿਸਾਲ ਦੇ ਦੇ, ਮੈਂ ਤੇਰੀ ਸ਼ਗਿਰਦੀ ਕਰਨ ਨੂੰ ਤਿਆਰ ਹਾਂ। ਹਾਂ, ਤੇ ਉਹ ਨੱਠੀ ਜਾਂਦੇ ਨੇ, ਉਹ ਮਾਲ ਖਲੋਂਦਾ ਥੋੜ੍ਹਾ ਹੁੰਦਾ ਜਿਹੜਾ ਕਾਂਗਰਸ ਦੀ ਪਿੱਛੇ ਛੁਰਾ ਮਾਰ ਕੇ ਇੱਧਰ ਆ, ਹੁਣ ਇੱਧਰ ਮਾਰ ਕੇ ਉੱਧਰ ਚਲੇ ਜਾਣਗੇ। ਤੁਸੀਂ ਸਟੇਜ ਤੋਂ ਕਿਹਾ ਵੀ ਕੁਝ ਲੋਕ ਅਜੇ ਵੀ ਹੈਗੇ ਨੇ ਜਿਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ, ਉਹ ਲੱਗਦਾ ਵੀ ਉਹ ਵੀ ਬਾਗੀ ਹੋਣਗੇ ਜਾਣਗੇ ਜੀ? ਮੈਂ ਜਦੋਂ ਮੈਂ ਲੜਦਾ ਨੀਗਾ, ਮੈਂ ਤਾਂ ਇੱਕ ਸਪੋਰਟਰ ਹਾਂ, ਮੈਨੂੰ ਕੀ ਕੋਈ ਛੱਡ ਕੇ ਜਾਏ, ਕੋਈ ਆ ਜਾਏ, ਕੋਈ ਨਵਾਂ ਲੈ ਲੈਣ, ਕੋਈ ਪੁਰਾਣਾ ਲੈ ਲੈਣ, ਕੋਈ ਆਏ ਚਾਹੇ ਨਾ ਆਏ, ਮੈਂ ਉਹਨਾਂ ਬਾਰੇ ਕਿਉਂ ਸੋਚਣਾ ਵਾ? ਉਹ ਕੈਂਡੀਡੇਟ ਦਾ ਕੰਮ ਹੈ, ਉਹ ਅਕਾਲੀ ਦਲ ਦਾ ਕੰਮ ਹੈ, ਮੇਰਾ ਕੰਮ ਨੀਗਾ। ਮੇਰਾ ਕੰਮ ਹੈ ਆਪਣਾ ਪਹਿਰਾ ਦੇਣਾ। ਜਿਹੜੇ ਵਰਕਰ ਇੱਥੇ ਆਏ ਨੇ ਕੀ ਕਹਿਣਾ ਚਾਹੋਗੇ ਜਿਹਨਾਂ ਨੂੰ ਜਿਹੜੇ ਤੁਹਾਡੇ ਮਗਰ ਆਏ ਸਾਰੇ? ਇਹ ਤਾਂ ਮੈਂ ਤੁਹਾਡੇ ਸਾਹਮਣੇ ਸਭ ਕੁਝ ਹੀ ਕਹਿਤਾ ਵਾ, ਮੇਰੇ ਕੋਲ ਕੋਈ ਗੁਜਾਇਸ਼ ਹੈਗੀ ਹੈ ਤਾਂ ਉਹ ਮੈਨੂੰ ਦੱਸ ਦਿਓ, ਮੈਂ ਕਹਿ ਦਿੰਦਾ। ਠੀਕ ਹੈ, ਤੇਰੀ ਜ਼ਿੰਮੇਵਾਰੀ ਹੈ, ਜੇ ਤੂੰ ਇਹਦਾ ਪਾਲਣ ਪੋਸ਼ਣ ਕਰੇਗਾ ਤੇ ਤੇਰਾ ਸਾਥ ਨਹੀਂ ਛੱਡਦਾ।
ਕੁਲਵੀਰ ਸਿੰਘ ਜੀ ਸੰਧੂ ਸਾਹਿਬ ਗੁਰਦਾਸਪੁਰ ਤੋਂ, ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਕੁਲਵੀਰ ਸਿੰਘ ਜੀ ਸੰਧੂ ਗੁਰਦਾਸਪੁਰ ਤੋਂ।